ਖਿੱਚਣ ਆਏ ਆ ਲੇਕਿਨ ਜਵਾਨ ਭੱਜ ਗਈ ਅਸੀਂ ਦਫ਼ਤਰ ਦੇਖਣ ਗਏ ਜਿੱਥੋਂ ਯੂ ਟਰਨ ਲਿਆ ਕਾਂਗਰਸ ਦੀ ਬੇਲਗਾਮ ਜਵਾਨ ਉੱਥੇ ਮਿਲੀ ਨਹੀਂ ਅਸੀਂ ਯੂ ਟਰਨ ਪਾ ਰਿਹਾ ਘਰ ਵੱਲ ਨੂੰ ਤੁਰੇ ਸਾਡਾ ਲਕਸ਼ ਸਾਡੀ ਮੰਜ਼ਿਲ ਬਾਬਾ ਸਾਹਿਬ ਅੰਬੇਡਕਰ ਦੀ ਖੜੀ ਕੀਤੀ ਬਾਹ ਕਾਂਗਰਸ ਮੈਦਾਨ ਛੱਡ ਕੇ ਭੱਜ ਗਈ ਆ ਤੇ ਪ੍ਰਸ਼ਾਸਨ ਦੀ ਇਹ ਬੇਨਤੀ ਆ ਕਿ ਭੱਜਿਆਂ ਦਾ ਪਿੱਛਾ ਕਰਨਾ ਕਿ ਅਗਲੀ ਵਾਰੀ ਤਰੱਕੀ ਲਾਉਣੀ ਆ ਭੱਜਿਆਂ ਦਾ ਪਿੱਛਾ ਕਰਨਾ ਕਿ ਤਰੱਕੀ ਇੱਥੇ ਦੂਜੀ ਲਾਈਏ 222 ਵਾਲੀ 222 ਵਾਲੀ ਤਰੱਕੀ ਪੱਕੀ ਆ ਸਮਾਜ ਫੈਸਲਾ ਕਰਨਾ ਅੱਜ ਅਸੀਂ ਕਾਂਗਰਸ ਨੂੰ ਦਿਲਣੇ ਲਈ ਸਰਦੂਲਗੜ੍ਹ ਆਏ ਆ ਆਮ ਆਦਮੀ ਪਾਰਟੀ ਨੂੰ ਦਿਲਣੇ ਲਈ ਕੁਝ ਲਈ ਬੀਐਸਪੀ ਦਾ ਹਾਥੀ ਲੈ ਕੇ ਸਰਦੂਲਗੜ੍ਹ ਆਏ ਆ ਜਿਹੜਾ ਕਾਂਗਰਸ ਨੇ ਅਪਮਾਨ ਕੀਤਾ ਦਸ ਪਛੜੇ ਸਮਾਜ ਨੂੰ ਗੈਰ ਪੰਥਕ ਕਹਿ ਕੇ ਅਪਵਿੱਤਰ ਕਹਿ ਕੇ ਹਰਾਮੀ ਕਹਿ ਕੇ ਇਸ ਕਾਂਗਰਸ ਨੂੰ ਦੱਸਣ ਆਏ ਆ ਕਿ ਬਹੁਜਨ ਸਮਾਜ ਦੇ ਕਾਂਗਰਸ ਭੱਜਦੀ ਦਾ ਪਿੱਛਾ ਕਰਨਾ ਕਬੀਸਾ ਬਾਈ ਲਈ ਤਰੱਕੀ ਲਾਉਣੀ ਹੈ ਦੱਸੋ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਅੱਜ ਇੱਥੇ ਸੂਬੇ ਦੇ ਜ਼ਿਲ੍ਹੇ ਸਕੱਤਰ ਸਰਦਾਰ ਦਲਦੀਪ ਸਿੰਘ ਸਰਦੂਲਗੜ੍ਹ ਸਾਹਿਬ ਔਰ ਹਲਕੇ ਦੇ ਐਮਐਲਏ ਮਾਨਜੋ ਰਾਜ ਸਿੰਘ ਜੀ ਦੀ ਅਗਵਾਈ ਤੁਹਾਡੇ ਕੋਲ ਸ਼ਿਕਾਇਤ ਦਰਜ ਕਰਾਉਣੀ ਹੈ ਸ਼ਿਕਾਇਤ ਦਰਜ ਕਰਾਉਣ ਲਈ ਜਿਹੜਾ ਵੀ ਤੁਹਾਡਾ ਅਧਿਕਾਰੀ ਆ ਕਿਰਪਾ ਕਰਕੇ ਅੱਗੇ ਆਵੇ ਔਰ ਇਹ ਫਾਈਲ ਸ਼ਿਕਾਇਤ ਪੱਤਰ ਜਿਹੜਾ ਪ੍ਰਸ਼ਾਸਨ ਨੂੰ ਸੂ ਮੋਟਾ ਲਾ ਕੇ ਆਪਣੇ ਆਪ ਪਰਚਾ ਦਰਜ ਕਰਨਾ ਚਾਹੀਦਾ ਸੀ ਅੱਜ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਅਗਲੀ ਸਰਕਾਰ ਹਾਥੀ ਦੀ ਆਉਣੀ ਆ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਆਉਣੀ ਆ ਤੇ ਜੇ ਤੁਸੀਂ ਅੱਜ ਪਾਤਸ਼ਾਹੀ ਕਰੋਗੇ ਤੇ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕ ਇਸ ਗੱਲ ਨੂੰ ਯਾਦ ਰੱਖਣ ਮੇਰੀ ਬੇਨਤੀ ਆ ਪ੍ਰਸ਼ਾਸਨ ਦੇ ਅੱਗੇ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਭਾਰਤ ਦੇ ਸੰਵਿਧਾਨ ਨੂੰ ਮੰਨਣ ਵਾਲੀ ਪਾਰਟੀ ਆ ਬਹੁਜਨ ਸਮਾਜ ਪਾਰਟੀ ਅੱਜ ਤੁਹਾਨੂੰ ਆਪਣੀ ਸ਼ਿਕਾਇਤ ਪੱਤਰ ਸਪੀਕਰ ਸਾਹਿਬ ਦਸਤਖਤ ਕਰੋ ਐਮਐਲਏ ਸਾਹਿਬ ਦਸਤਖਤ ਕਰੋ ਅੱਜ ਸਾਂਝੀ ਅਗਵਾਈ ਦੇ ਵਿੱਚ ਔਰ ਬੇਨਤੀ ਕਰਦੇ ਆ ਜਿਹੜੀ ਐਪਲੀਕੇਸ਼ਨ ਤੇ 24 ਘੰਟੇ ਚ ਗੌਰ ਕਰ ਲਿਓ ਨਹੀਂ ਤਾਂ ਅਸੀਂ ਪੰਜਾਬ ਦੀ ਧਰਤੀ ਤੇ ਅਗਲਾ ਪ੍ਰੋਗਰਾਮ ਦੇ ਚੁੱਕੇ ਆ ਸੂਬਾ ਪੱਧਰੀ ਕਾਂਗਰਸ ਨੂੰ ਘੇਰਨ ਦਾ ਸੁਣ ਲਿਆ ਸੀ ਸਾਰਿਆਂ ਨੇ ਕਿੰਨੀ ਤਰੀਕ ਆ ਕਿੰਨੀ ਤਰੀਕ ਆ 38 ਤਰੀਕ ਪੰਜਾਬ ਦੀ ਧਰਤੀ ਤੇ ਰੈਲੀ ਨਹੀਂ ਰੈਲਾ ਹੋਗਾ ਮੇਲਾ ਹੋਗਾ 38 ਅਗਸਤ ਆਮ ਆਦਮੀ ਪਾਰਟੀ ਨੇ ਜਿਹੜਾ ਸੰਵਿਧਾਨ ਵਿਰੋਧੀ ਬੋਲਿਆ ਸੰਵਿਧਾਨ ਕੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਤਰੀਕ ਹੋਏਗੀ 38 ਅਗਸਤ ਪੰਜਾਬ ਦੀ ਧਰਤੀ ਤੇ ਸੰਵਿਧਾਨ ਕੇ ਸਨਮਾਨ ਮੇ
ਕਿ ਆ ਗਏ ਕੁਛ ਸਾਥੀ ਗੋਇਲ ਸਾਹਿਬ ਸਟੇਡੀਅਮ ਸਾਹ ਬੁਲਾਏ ਆ ਸਰਕਾਰ ਦਾ ਸਰਦਾਰੀ ਨੁਮਾਇੰਦਾ ਆ ਰਿਹਾ ਉਹਦੇ ਤੱਕ ਮੰਨ ਜਾਓ ਡਾਕਟਰ ਸੱਤਰ ਪਾਲ ਜੀ ਤੁਹਾਡੇ ਨਾਲ ਨਾਅਰੇਬਾਜ਼ੀ ਕਰਾਉਣ ਤੇ ਔਰ ਤੁਸੀਂ ਨਾਅਰੇਬਾਜ਼ੀ ਦਾ ਜਵਾਬ ਇਸ ਤਰੀਕੇ ਨਾਲ ਦੇਣਾ ਆ ਕਿ ਨੱਤੀ ਗੱਲ ਜਿਹੜਾ ਰਹਿਣਾ ਨਹੀਂ ਰਹਿਣਾ ਹੋਗਾ ਫੌਜਰੋ ਕਾ ਪੰਜਾਬ ਦੇ ਕੱਲੇ ਕੱਲੇ ਦਲਿਤ ਔਰ ਪਛੜੇ ਦੇ ਘਰ ਵਿੱਚ ਆਵਾਜ਼ ਜਾਵੇ ਬਾਬਾ ਸਾਹਿਬ ਅੰਬੇਡਕਰ ਨੂੰ ਮੰਨੇ ਵਾਲੇ ਦੇ ਘਰੇ ਆਵਾਜ਼ ਜਾਵੇ ਕਿ ਫੌਜਰੋ ਕਾ ਮੇਲਾ ਹੋਣ ਜਾ ਰਿਹਾ ਰੈਲੀ ਨਹੀਂ ਰੈਲਾ ਹੋਣ ਜਾ ਰਿਹਾ ਔਰ ਕੋਈ ਵੀ ਬੱਚਾ 29 ਅਗਸਤ ਨੂੰ ਦਲਿਤ ਪਛੜੇ ਸਮਾਜ ਦਾ ਕਿਰਤੀ ਕਿਸਾਨ ਦਾ ਜਿਹੜਾ ਵੀ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਆ ਭਾਰਤ ਕੇ ਸੰਵਿਧਾਨ ਮੈਂ ਵੀ ਮੈਦਾਨ ਮੇ ਤੇ ਕੋਈ ਘਰ ਨਹੀਂ ਰਹੇਗਾ ਤੇ ਨਾਅਰੇਬਾਜ਼ੀ ਗੂੰਜੇਗੀ ਜਦੋਂ ਤੱਕ ਐਸ ਡੀ ਐਮ ਸਾਹਿਬ ਆਉਂਦੇ ਮੰਨ ਜਾਓ ਡਾਕਟਰ ਛੱਤਰਪਾਲ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ